ਹਾਂਜੀ ਉਸ ਤਰ੍ਹਾਂ ਜੀ ਐਗਜ਼ਿਟ ਪੋਲ ਆ ਰਹੇ ਆ, ਭਾਜਪਾ ਨੂੰ ਜ਼ਿਆਦਾ ਸੀਟਾਂ ਦਿਖਾਈਆਂ ਜਾ ਰਹੀਆਂ, ਜੋ ਇੰਡੀਆ ਗਠਜੋੜ ਹੈ ਉਹਨੂੰ ਘੱਟ ਸੀਟਾਂ ਦਿਖਾਈਆਂ ਜਾ ਰਹੀਆਂ, ਕਿਸ ਤਰੀਕੇ ਦੇ? ਦੇਖੋ ਜਿਹੜੇ ਬੰਦੇ ਐਗਜ਼ਿਟ ਪੋਲ ਦੇ ਰਹੇ ਨੇ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਭਾਜਪਾ ਤੋਂ ਬਹੁਤ ਵੱਡੇ ਫਾਇਦੇ ਲਏ ਨੇ, ਅਤੇ ਐਂਡਲੇ ਮੂਵਮੈਂਟ ਤਾਂ ਕੋਈ ਇੱਦਾਂ ਹੀ ਕਰਨਗੇ। ਪਹਿਲੇ ਵੀ ਤੁਸੀਂ ਦੇਖ ਲਓ ਜਦੋਂ ਵੀ ਸਰਕਾਰਾਂ ਬਣੀਆਂ ਨੇ, ਅੱਜ ਵੀ ਇੰਡੀਆ ਦੇ ਵਿੱਚ ਜਿਹੜੀਆਂ ਐਂਟੀ ਬੀਜੇਪੀ ਬਣੀਆਂ ਨੇ, ਐਗਜ਼ਿਟ ਪੋਲ ਤਾਂ ਕਦੇ ਵੀ ਨਹੀਂ ਉਹਨਾਂ ਦੇ ਹੱਕ 'ਚ ਦਿੱਤਾ। ਸੋ ਇਹ ਤਾਂ ਉਹਨਾਂ ਦਾ ਡਰ, ਉਹਨਾਂ ਦਾ ਭੈ, ਇਹ ਅਸਲੀ ਰਿਜ਼ਲਟ ਜਿਹੜਾ ਬੰਦ ਹੈ ਮਸ਼ੀਨਾਂ ਦੇ ਵਿੱਚ, ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ। ਐਗਜ਼ਿਟ ਪੋਲ ਕਿਹੜਾ 100% ਹਰ ਇੱਕ ਬੰਦੇ ਨੂੰ ਪੁੱਛ ਲੈਂਦਾ, ਉਹਦਾ ਟ੍ਰੈਂਡ ਹੈ। ਔਰ ਦੂਜੀ ਗੱਲ ਹੈ ਕਿ ਉਹਨਾਂ ਨੇ ਜਿਸ ਜਿਹੜੇ ਉਹਨਾਂ ਦੇ ਹੱਕ 'ਚ ਰਹੇ ਨੇ, ਉਹਨਾਂ ਹੁਣ ਉਹਨਾਂ ਦੇ ਹੱਕ 'ਚ ਲਾਸਟ ਮੂਮੈਂਟ ਤੱਕ ਤਾਂ ਉਹਨਾਂ ਨੂੰ ਦਿਖਾਉਣਗੇ ਨਾ ਵੀ ਅਸੀਂ ਤਾਂ ਦਿਖਾ ਤਾ, ਲੋਕ ਨਹੀਂ ਮੰਨੇ, ਪੁੱਛ ਕੀ ਕਰੀਏ। ਇੰਡੀਆ ਲਾਈਨ ਦੀ ਸਰਕਾਰ ਬਣੂਗੀ 4 ਤਰੀਕ ਨੂੰ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਗਰ 4 ਤਰੀਕ ਨੂੰ ਨਤੀਜੇ ਆਉਂਦੇ ਤਾਂ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਉਸ ਦਿਨ ਜਸ਼ਨ ਨਾ ਮਨਾਏ ਜਾਣ, ਤੁਸੀਂ ਕਿਸ ਤਰ੍ਹਾਂ ਦੇਖਦੇ? ਦੇਖੋ ਬਿਲਕੁਲ ਜਿਹੜਾ ਕੋਈ ਮਤਲਬ ਹੁਣ ਇਹ 'ਚ ਅਲੱਗ ਅਲੱਗ ਹੈਗੇ, ਜਿਵੇਂ ਸਿੱਖ ਨਹੀਂ ਮਨਾਉਣਗੇ ਉਹ ਦੈਟਸ, ਉਹ ਠੀਕ ਹੈ। ਜਿਹੜੀ ਦੂਜੀ ਕਮਿਊਨਿਟੀ ਮਨਾਏਗੀ ਉਹਨੂੰ ਕਿਵੇਂ ਕਰ ਸਕਦੇ ਅਸੀਂ? ਹੁਣ ਜਿਵੇਂ ਕੋਈ ਕੋਈ ਹੋਰ ਕਮਿਊਨਿਟੀ ਦੇ ਬੰਦੇ ਆ, ਸਾਰੇ ਨਹੀਂ ਰੋਕੇ ਜਾਦੇ, ਬਟ ਅਸੀਂ ਇਹ ਕਹਾਂਗੇ ਵੀ ਬਿਲਕੁਲ ਨਾ ਕਰਨ ਜੇ ਜਥੇਦਾਰ, ਕਿਉਂਕਿ ਕੌਮ ਦੇ ਜਥੇਦਾਰ, ਅਸੀਂ ਕਹਾਂਗੇ ਵੀ ਨਾ ਕਰਨ। ਸਾਡੇ ਐਂਡ ਤੋਂ ਨਹੀਂ ਹੋਊਗਾ, ਬਟ ਜੇ ਕੋਈ ਲੋਕ ਆ ਜਾਂਦਾ ਹੈ ਕੋਈ ਕਮਿਊਨਿਟੀ ਦਾ ਜਾਂ ਕੋਈ ਭਾਵੁਕ ਹੋ ਕੇ ਆ ਜਾਂਦਾ, ਉਨੀ ਕੁ ਉਹਦਾ ਤਾਂ ਕੁਛ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ, ਕਿਉਂਕਿ ਇਹ ਦੇ ਮਾਹੌਲ ਸਾਰੇ ਦੇਸ਼ 'ਚ ਇੱਕੋ ਜਿਹਾ ਹੋਣਾ ਵਾ। ਸੋ ਅਸੀਂ ਟਰਾਈ ਕਰਾਂਗੇ ਵੀ ਇਹ ਕੰਮ ਨਾ ਹੋ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ, ਨੈਵਰ ਮਿਸ ਐਨ ਅਪਡੇਟ।